नमस्कार, तुसी वेख रहे हो पंजाब टीवी प्राइम। विधानसभा हलका दीनानगर अधीन आउंदे पुलिस स्टेशन बहरामपुर दे इलाके अंदर एक कार सवार ते 12 बोर दी राइफल नाल फायर करके जख्मी करन दा समाचार प्राप्त होया है। इस संबंधी जानकारी दिंदे होए थाना मुखी बहरामपुर हरमिंदर सिंह ने दस्या कि मदई रमेश कुमार पुत्र शिवलाल वासी हरिजन कलोनी नवा टांडा ने पुलिस नूं दित्ते बयानां दे विच दस्या कि ओह अपनी पत्नी ते छोटे बेटे नूं नाल लैके अपनी कार ते सवार होके गुरदासपुर तों अपने रिश्तेदारां नूं मिलके अपने घर नूं वापस आ रहा सी। ते जदों कस्बा बहरामपुर तों 200 गज अगे पिंड तकाला रोड ते पुज्जा तां सड़क किनारे इक स्विफ्ट कार खड़ी सी, जिस कोल सौरभ अभी पुत्र राकेश कुमार, गणेश पुत्र प्रेमचंद, मोहित पुत्र राकेश कुमार वासियाना बहरामपुर अते गोरा वासी काला नंगल बटाला खड़े सन। ਅਤੇ ਗੋਰਾ ਦੇ ਕੋਲ 12 ਬੋਰ ਦੀ ਰਾਈਫਲ ਸੀ। ਜਦੋਂ ਇਹਨਾਂ ਪਾਸੋਂ ਕ੍ਰੋਸ ਹੋਣ ਲੱਗਾ ਤਾਂ ਗੋਰੇ ਨੇ ਮਾਰ ਦੇਣ ਦੀ ਨੀਤ ਦੇ ਨਾਲ ਕਾਰ ਤੇ ਫਾਇਰ ਕੀਤਾ, ਜੋ ਕਾਰ ਦੇ ਸਾਹਮਣੇ ਸ਼ੀਸ਼ੇ ਤੇ ਵੱਜਾ, ਜਿਸ ਦੇ ਕਾਰਨ ਗੋਲੀ ਦੇ 2 ਛਰੇ ਉਸਦੇ ਸੱਜੇ ਮੋਢੇ ਅਤੇ ਛਾਤੀ ਅਤੇ ਖੱਬੇ ਬੁੱਲਾਂ ਹੇਠ ਲੱਗੇ, ਜਿਸ ਤੋਂ ਉਹ ਆਪਣੀ ਕਾਰ ਭਜਾ ਕੇ ਆਪਣੇ ਪਰਿਵਾਰ ਸਮੇਤ ਘਰ ਪੁੱਜਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਪ੍ਰਾਈਵੇਟ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਪੜਤਾਲ ਕਰਨ ਦੇ ਉਪਰੰਤ 5 ਦੋਸ਼ੀਆਂ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਇਹ ਪਹਿਲਾਂ ਸਾਨੂੰ ਪਤਾ ਲੱਗਾ ਸੀ ਬੀਤੀ ਰਾਤ ਰਮੇਸ਼ ਕੁਮਾਰ ਸਨ ਆਫ ਆਪਣੇ ਸ਼ਿਵਲਾਲ ਨੂੰ, ਜਿਹੜਾ ਪਿੰਡ ਨਵਾਂ ਪਿੰਡ ਦਾ ਰਹਿਣ ਵਾਲਾ, ਇਹਨੂੰ ਕਿਸੇ ਗੋਲੀ ਮਾਰਤੀ ਅਤੇ ਇਹ ਬੰਦਾ ਦਾਖਲ ਉੱਥੇ ਜੀ ਆਪਣੇ ਗੁਰਦਾਸਪੁਰ। ਜਿਸ ਸੰਬੰਧੀ ਜਿਹੜਾ ਉਹਦਾ ਬਿਆਨ ਹਾਸਲ ਕੀਤਾ ਗਿਆ ਰਮੇਸ਼ ਕੁਮਾਰ ਦਾ, ਜਿਸ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ਼ ਜਿਹੜਾ ਮੁਕੱਦਮਾ 78 ਅੰਡਰ ਸੈਕਸ਼ਨ 353 ਅੰਡਰ ਸੈਕਸ਼ਨ 307 25 143 IPC ਜਿਹੜਾ ਦਰਜ ਕਰ ਦਿੱਤਾ ਗਿਆ। ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਆਪਾਂ। ਇਸ ਤੋਂ ਇਲਾਵਾ ਇਲਾਕੇ 'ਚ ਜਿਹੜੀ ਬਿਲਕੁਲ ਸ਼ਾਂਤੀ ਹੈ, ਜੇ ਕੋਈ ਵੀ ਗਲਤ ਅਨਸਰ ਜਿਹੜਾ ਇਹਨੂੰ ਬਖਸ਼ਿਆ ਨਹੀਂ ਜਾਊਗਾ, ਐਨ ਸਖਤੀ ਪੂਰੀ ਰੱਖੀ ਜਾਏਗੀ। ਮੈਂ ਫਿਰ ਵੀ ਜਿਹੜੇ ਗਲਤ ਅਨਸਰ ਇਹਨਾਂ ਚੇਤਾਵਨੀ ਦਿੰਦਾ ਵੀ ਇਲਾਕੇ 'ਚ ਐਨ ਜਾਂ ਤਾਂ ਕੋਈ ਇਹੋ ਜਿਹੀ ਗੱਲਬਾਤ ਨਾ ਕਰਨ, ਨਹੀਂ ਤਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਊਗਾ। ਕਿੰਨੇ ਬੰਦਿਆਂ ਖਿਲਾਫ਼ ਇਹ ਸਰ ਮਦਈ ਨੇ 5 ਬੰਦਿਆਂ ਦੇ ਨਾਮ ਲਿਖਾਏ ਸੀ, ਉਹਨਾਂ ਦੇ ਖਿਲਾਫ਼ ਮੁਕੱਦਮਾ ਰਜਿਸਟਰ ਕੀਤਾ। ਸਾਰੇ ਲੋਕਲ ਰਹਿਣ ਵਾਲੇ? ਹਾਂ, ਕੁਝ ਲੋਕਲ, ਇੱਕ ਦੋ, ਇੱਕ ਮੁੰਡਾ ਬਾਹਰ ਦਾ, ਬਾਕੀ ਲੋਕਲ ਨੇ, ਜਿਹਨਾਂ ਦੇ ਆਪਾਂ ਜਲਦੀ ਗ੍ਰਿਫਤਾਰ ਕਰਨਾ।